ਨਾ ਖਾਲਾ ਤੁਸੀਂ ਮਾਣੇ ਨਾਲ ਬਚਪਨ ਤੋਂ ਰਹੇ ਹੋ ਤੁਸੀਂ ਮਿੱਕੀ ਬਚਪਨ ਤੋਂ ਪਾ ਲਿਆ ਤੁਸੀਂ ਕਜਰੀ ਮਾਂ ਨੇ ਨਾਲ ਸਾਰਾ ਮੜਾ ਜਿਹੜਾ ਆ ਨਾ ਕੰਮ ਕੀਤਾ ਮੜੇ ਕੱਪੜੇ ਧੋਤੇ ਮਿੱਕੀ ਰੋਟੀ ਪਕਾਈ ਦਿੱਤੀ ਜਿਹੜਾ ਜਿਹੜਾ ਕਜਰੀ ਮਾਂ ਤੁਸੀਂ ਕੀ ਕੰਮ ਆਖਿਆ ਤੁਸੀਂ ਸਾਰਾ ਕੀਤਾ ਬਾਨੋ ਖਾਲਾ ਕਜਰੀ ਮਾਂ ਨਾਲ ਗੱਲ ਕਰੋ ਨਾ ਮਾੜੇ ਰਿਸ਼ਤੇ ਨਹੀਂ ਉਹਨਾਂ ਕਿਹਾ ਹੋ ਗਿਆ ਉਹ ਮੁੰਡਾ ਮਿੱਕੀ ਬਹੁਤ ਖੁਸ਼ ਰੱਖਸੀ ਮੀ ਕਿਉਂ ਆ ਨਾ ਮੈਂ ਤੂੰ ਕੀ ਰਾਣੀ ਬਣਾਈ ਤਾਂ ਰੱਖਸਾਂ ਤਾਂ ਤੂੰ ਕਿ ਮੈਂ ਇੱਥੇ ਰਹਿ ਨਹੀਂ ਕੋਈ ਨਾ ਦੇਣਾ ਤੂੰ ਕੀ ਅਗਰ ਇਸ ਮਾਸ਼ਰੇ ਨਾਲ ਡਰ ਹੈ ਨਾ ਕਿ ਇਹ ਮਾਸ਼ਰਾ ਤੂੰ ਕੀ ਆਖਸੀ ਕਿ ਕੋਠੇ ਪਰ ਨੱਚਣੇ ਵਾਲੀ ਹੈ ਤਾਂ ਮੈਂ ਤੂੰ ਕੀ ਇੱਥੇ ਰਹਿ ਨਹੀਂ ਦੇਣਾ ਮੈਂ ਤੂੰ ਕੀ ਆਪਣੇ ਨਾਲ ਬਾਹਰ ਖੜਸਾਂ ਤਾਂ ਬਾਨੋ ਖਾਲਾ ਅੰਮਾ ਨਾਲ ਗੱਲ ਕਰੋ ਨਾ ਕਿ ਅੰਮਾ ਮਾੜੀ ਉਸ ਨਾਲ ਸ਼ਾਦੀ ਕਰੀ ਛੋੜਨ ਮੈਂ ਕਜਰੀ ਬਾਈ ਨਾਲ ਗੱਲ ਨਾ ਕਰੀ ਸਕਨੀ और इस मारिया उसने बहुत आसान माड़े ऊपर जिसले मिगी घरे आले कुट्टी मारी ते घरों बाहर सट्टी छोड़िया सा ना ते मैं अपने भरावां दे घर गई सी ना ते उस वक्त माड़े भरावां मिगी मूंह नहीं सा लाया हां माड़ियां भरजाइयां आ रहियां सन निकली जाए इत्थों ते मैं आ नहीं सा कुत्थै जां ते आ रहियां सन जा कुसै कोठे पर जाई ते खा जाई ते उत्थै नची ते खा माड़ियां भरजाइयां मिगी एक गल आनियां सियां ते उस वक्त रस्ते विच मैं बेहोश होई नहीं पई नहीं सियां जिसले मिगी माड़ी भरजाई अद्धी राती घरों बाहर कढ़ी छोड़िया सा ਤਾਂ ਮੈਂ ਰਸਤੇ ਦੇ ਵਿੱਚ ਬੇਹੋਸ਼ ਹੋਈ ਨਹੀਂ ਸੀਆਂ ਤਾਂ ਮਿਗੀ ਕਜਰੀ ਬਾਈ ਅੱਛੀ ਚਾਈ ਖੜਿਆ ਤਾਂ ਮਿਗੀ ਰੋਟੀ ਦਿੱਤੀ ਮਿਗੀ ਆਸਰਾ ਦਿੱਤਾ ਹਾਂ ਤਾਂ ਅੱਜ ਮੈਂ ਦੱਸ ਨਾ ਉਸ ਨਾਲ ਕਿਸ ਤਰ੍ਹਾਂ ਮੈਂ ਉਸਕੀ ਜਈ ਦਾ ਆਖਾਂ ਕਿ ਤੁਹਾਡੀ ਜਿਹੜਾ ਰੋਟੀ ਨਾਲ ਸਿਲਾ ਆ ਤੁਹਾਡਾ ਜਿਹੜਾ ਰੋਟੀ ਨਾਲ ਆਸਰਾ ਆ ਤੂੰ ਉਸਕੀ ਕੁਸਾ ਹੋਰ ਮੈਂ ਹੱਥਾਂ ਵਿੱਚ ਦੇ ਛੋੜ ਦੱਸ ਮਿਗੀ ਮੈਂ ਕਿਸ ਤਰ੍ਹਾਂ ਜਈ ਦਾ ਕਜਰੀ ਬਾਈ ਨਾਲ ਗੱਲ ਕਰਾਂ ਖਾਲਾ ਮੈਂ ਉਸ ਨਾਲ ਮੁਹੱਬਤ ਕਰਨੀ ਆ ਮਾੜੇ ਨਾਲ ਮੁਹੱਬਤ ਕਰਨਾ ਸੱਚੇ ਦਿਲੋਂ ਮਾੜੇ ਨਾਲ ਮੁਹੱਬਤ ਕਰਨਾ ਲੇਕਿਨ ਬਾਨੋ ਖਾਲਾ ਤੁਸੀਂ ਸਿਰਫ ਉਹਨਾਂ ਕੀ ਇਹ ਤਾਂ ਆ ਹੀ ਸਕਨੇ ਹੋ ਨਾ ਕਿ ਅਗਰ ਤੁਸੀਂ ਇੱਕ ਤੁਹਾਡੀ ਕੁੜੀ ਨਾਲ ਦਿਲ ਆਇਆ ਤਾਂ ਉਸਨੇ ਸ਼ਾਦੀ ਕਰੀ ਛੋੜ ਉਹ ਆਣਾ ਮੈਂ ਖਰਚਾ ਵੀ ਦੇ ਸਾਂ ਤੁਸੀਂ ਇਹ ਬੇਸ਼ੱਕ ਕੋਠਾ ਬੰਦ ਕਰੀ ਛੋੜੋ ਮੈਂ ਖਰਚਾ ਦੇ ਸਾਂ ਤੁਸੀਂ ਕੀ ਇੱਜ਼ਤਦਾਰ ਘਰਾਂ ਵਿੱਚ ਰੱਖਸਾਂ ਮੈਂ ਉੱਥਾ ਖਰਚਾ ਦੇ ਸਾਂ ਮੈਂ ਆਪਣਾ ਮਹੀਨੇ ਦੇ ਮਹੀਨੇ ਪੈਸੇ ਭੇਜਸਾਂ ਉਹ ਆਣਾ ਮੈਂ ਮਹੀਨੇ ਦੇ ਮਹੀਨੇ ਪੈਸੇ ਲਾਈ ਛੋੜਸਾਂ ਤਾਂ ਫਿਰ ਇਸ ਤੋਂ ਵੱਡੀ ਗੱਲ ਕਰੀ ਹੈ ਹੈ ਇੱਕ ਵਾਰੀ ਤੁਸੀਂ ਗੱਲ ਕਰੀ ਤਾਂ ਕੀ ਕਿਨੋ ਨਾ ਇੱਕ ਵਾਰੀ ਗੱਲ ਕਰੋ ਨਾ ਭਾਈ ਇਹ ਚੀਜ਼ ਮਾੜੇ ਕੋਲੋਂ ਨਹੀਂ ਹੋਣੀ ਮੈਂ ਇਹ ਗੱਲ ਨਾ ਕਰੀ ਸਕਨੀ ਹਾਂ ਤੂੰ ਆਪੇ ਜਈ ਤਾਂ ਉਸ ਨਾਲ ਗੱਲ ਕਰ ਕਜਰੀ ਬਾਈ ਕੀ ਜਈ ਤਾਂ ਤੂੰ ਆਪੇ ਆਖ ਮੈਂ ਇਹ ਗੱਲ ਬਿਲਕੁਲ ਨਾ ਉਸ ਨਾਲ ਕਰੀ ਸਕਨੀ ਉਹ ਅੱਗੋਂ ਮੇਰੀ ਸ਼ੁਰੂ ਹੋਈ ਜਾਸੀ ਹਾਂ ਉਸ ਅੱਗੋਂ ਦਿਲ ਕਰਾ ਤਾਂ ਮੇਰੀ ਚਾਹੀਦਾ ਕਰ ਬਾਹਰ ਸੱਟ ਛੜਾ ਉਹ ਆਖਾ ਤੂੰ ਕੀ ਨਹੀਂ ਪਤਾ ਕਿ ਮੈਂ ਕੁਤੂ ਖਾਸਾਂ ਹੈ ਇਸकी ਇਸਾ ਮਾਰਿਆ ਜਵਾਨ ਕੀਤਾ ਸਨਾ ਇੱਕ ਖਲਾਸੀ ਤੂੰ ਕਜਰੀ ਬਾਈ ਨੀ ਰੋਟੀ ਨਾ ਆਸਰਾਏ ਤੇ ਕਜਰੀ ਬਾਈ ਤੁਸੇ ਤੁਗੀ ਕੁਸੇ ਬੰਦੇ ਕੀ ਨਹੀਂ ਦੇਣੀ ਇਹ ਗੱਲ ਯਾਦ ਰੱਖਿਆਂ ਲੇਕਿਨ ਮੈਂ ਗੱਲ ਨਾ ਕਰਨੀ ਤੂੰ ਆਪੇ ਜੇ ਗੱਲ ਕਰ ਤੂੰ ਆਪੇ ਇੱਕ ਵਾਰੀ ਗੱਲ ਕਰ ਤੇ ਅਗਰ ਉਹ ਠੀਕ ਹੈ ਤਾਂ ਥੋੜੀ ਤੁਗੀ ਨਜ਼ਰ ਅਸ਼ਨਾ ਉਮੀਦ ਤਾਂ ਫਿਰ ਮੈਂ ਜੇਦਾ ਗੱਲ ਕਰ ਸ ਲੇਕਿਨ ਇੱਕ ਵਾਰੀ ਤੁਗੀ ਆਪ ਜਾ ਜੇ ਤਾਂ ਉਸ ਨਾਲ ਗੱਲ ਕਰ ਮੈਂ ਨਾ ਗੱਲ ਕਰਨੀ ਮਾੜੀ ਤਰਫੋਂ ਜਵਾਬ ਵੀ ਪਾਈ ਮਾੜਾ ਕੋਈ ਆਸਰਾ ਨਹੀਂ ਹੈ ਨਾ ਮਾੜਾ ਕੋਈ ਭੇਣ ਹੀ ਨਾ ਭਰਾ ਹੀ ਨਾ ਕੋਈ ਮਾਂ ਹੀ ਨਾ ਪਿਓ ਹੀ ਮਾਂ ਪਿਓ ਮਾੜੇ ਕੋਲ ਸਤਾਨਾ ਵਿੱਚ ਨਹੀਂ ਤਾਂ ਭਰਾ ਮਾੜੇ ਜੀਨੇ ਜੀਨੇ ਮੋਏ ਵੀ ਨਹੀਂ ਮਾੜੀਆਂ ਪਰਚਾਈਆਂ ਨੇ ਥੱਲੇ ਲੱਗੇ ਵੀ ਨਹੀਂ ਤਾਂ ਮੈਂ ਭਾਈ ਕੁਸਾ ਪਾਸਾ ਜੋਗੀ ਨਹੀਂ ਮੈਂ ਇੱਥੇ ਹੀ ਰਹਿ ਸਾਂ ਤਾਂ ਮੈਂ ਇਹ ਕੋਈ ਕਰ ਸਾਂ ਤਾਂ ਮੈਂ ਭਾਈ ਤੁਹਾਡਾ ਕੋਈ ਸਾਥ ਨਾ ਇਸ ਮਾਮਲੇ ਦੇ ਨਹੀਂ ਬਾਨੋ ਖਾਲਾ ਤੁਸਾਂ ਵੀ ਮਾੜਾ ਸਾਥ ਛੋੜੀ ਛੋੜਿਆ ਲੇਕਿਨ ਮੈਂ ਆਪੇ ਹਿੰਮਤ ਕਰ ਸਾਂ ਮੈਂ ਛੋੜਨੀ ਤਾਂ ਨਾ ਮੈਂ ਆਪਣੇ ਪਿਆਰ ਉਸ ਤਾਂ ਮੀਗੀ ਅਗਰ ਮੀਗੀ ਆਪਣੀ ਜਾਨ ਵੀ ਦੇਣੀ ਪੈਣਾ ਮੈਂ ਦੇ ਸਾਂ ਮੀਗੀ ਉਸ ਨਾਲ ਪਿਆਰ ਹੋਇਆ ਵਾ ਪਰ ਮੀਗੀ ਉਸ ਨਾਲ ਸੱਚੀ ਮੁਹੱਬਤ ਹੋਈ ਨਹੀਂ ਤਾਂ ਮੈਂ ਇਹ ਨੱਚਣਾ ਗਾਣਾ ਮੀਗੀ ਵੀ ਨਹੀਂ ਚੰਗਾ ਲੱਗਣਾ ਤੁਸਾਂ ਸਾਰੇ ਨਾ ਚਾਹੁੰਦੇ ਮੈਂ ਇੱਜ਼ਤਦਾਰ ਜ਼ਿੰਦਗੀ ਗੁਜ਼ਾਰਾਂ ਹਾਂ ਮੜੀ ਆਪਣੀ ਔਲਾਦ ਵੇ ਮੜੇ ਬੱਚੇ ਵੇ ਕੱਲ ਖੁਦਾ ਨਾ ਖਾਸਤਾ ਮੈਂ ਸਾਰੀ ਜ਼ਿੰਦਗੀ ਇਸੇ ਤੁਹਾਡੇ ਸਾਂ ਇੰਨਾ ਕੀ ਤਾਂ ਚਲੋ ਮੈਂ ਆਇਆ ਸੀਆਂ ਤਾਂ ਮਾੜੇ ਕੋਲ ਕੋਣ ਹੋਸੀ ਮਾੜਾ ਕਿਆ ਹੋਸੀ ਨਹੀਂ ਮੈਂ ਸ਼ਾਦੀ ਕਰਸਾਂ ਮੈਂ ਜੁਲੀਆਂ ਮੈਂ ਗੱਲ ਕਰਨ ਲੱਗੀ ਕਜਰੀ ਮਾਂ ਕਜਰੀ ਮਾਂ ਮੈਂ ਤੁਹਾਨੂੰ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਬੋਲ ਕਿਆ ਗੱਲ ਹੈ ਅਗਰ ਕੋਈ ਜ਼ਰੂਰੀ ਗੱਲ ਹੈ ਤਾਂ ਕਰੇ ਆ ਅਗਰ ਜ਼ਰੂਰੀ ਗੱਲ ਨਹੀਂ ਤਾਂ ਜਿਸ ਰਸਤੇ ਪਰ ਆਈ ਹੈ ਉਸੇ ਰਸਤੇ ਪਰ ਮੁੜੀ ਤਾਂ ਵਾਪਸ ਜਾਈਆਂ ਠੀਕ ਬੋਲ ਕਿਆ ਗੱਲ ਹੈ ਕਜਰੀ ਮਾਂ ਤੁਸਾਂ ਕੀ ਪਤਾ ਆ ਕਿ ਮੈਂ ਕਿਹੜੀ ਗੱਲ ਕਰਨੇ ਹਸਤਾ ਆਈ ਹਾਂ ਕਜਰੀ ਮਾਂ ਮਾੜਾ ਸਿਰਾਂ ਨੇ ਉੱਪਰ ਦੁਪੱਟਾ ਤੱਕੀ ਤਾਂ ਤੁਸਾਂ ਸਮਝ ਹੀ ਗਏ ਹੋ ਸੋ ਕਿ ਮੈਂ ਕਿਹੜੇ ਮੌਜੂ ਪਰ ਗੱਲ ਕਰਨੇ ਹਸਤਾ ਆਈ ਹਾਂ ਕਜਰੀ ਮਾਂ ਉਹ ਪਿੱਟਣਾ ਪਿਆ ਆਣਾ ਮੈਂ ਸ਼ਾਦੀ ਸਿਰਫ ਤੁਹਾਡੇ ਨਾਲ ਕਰਸਾਂ ਭਾਵੇਂ ਜੋ ਮਰਜ਼ੀ ਹੋਈ ਜਾ ਉਹ ਆਣਾ ਸਿਰਫ ਉਹਨਾਂ ਕੋਲੋਂ ਇਜਾਜ਼ਤ ਕੀਨ ਉਹ ਆਣਾ ਮੈਂ ਤੁਗੀ ਹਮੇਸ਼ਾ ਖੁਸ਼ ਰੱਖਸਾਂ ਹਾਂ ਤਾਂ ਮੈਂ ਤੁਹਾਡੀ ਜ਼ਿੰਦਗੀ ਨਹੀਂ ਹਰ ਖੁਆਇਸ਼ ਪੂਰੀ ਕਰਸਾਂ ਤੁਹਾਡੀ ਜਗ੍ਹਾ ਇਸ ਕੋਠੇ 'ਚ ਨਹੀਂ ਤੁਹਾਡੀ ਜਗ੍ਹਾ ਮਾੜੇ ਘਰ ਹੀ ਹੈ ਹਾਂ ਤਾਂ ਕਜਰੀ ਮਾਂ ਮਿਗੀ ਅੱਲਾ ਨਾ ਵਾਸਤਾ ਕਿ ਮਿਗੀ ਉਸ ਨਾਲ ਸ਼ਾਦੀ ਕਰਨ ਦਿਓ ਕਜਰੀ ਮਾਂ ਮਿਗੀ ਮਨਾ ਨਾ ਕਰੋ ਮਿਗੀ ਸ਼ਾਦੀ ਕਰਨ ਦਿਓ ਮਾੜੀ ਜ਼ਿੰਦਗੀ ਤਬਾਹ ਹੋਣੀ ਪਈ ਕਜਰੀ ਮਾਂ ਤੁਸ ਮਾੜੀ ਮਾਂ ਹੈ ਮਾੜੀ ਸਾਥ ਦਿਓ ਹਾਂ ਆਣਾ ਮੈਂ ਤੁਹਾਡੀ ਮਾਂ ਕੀ ਵੀ ਖਰਚਾ ਦੇਸਾਂ ਮੈਂ ਅੱਲਾ ਦਾ ਘਰ ਬਣਾਈ ਤਾਂ ਦੇਸਾਂ ਮੈਂ ਉੱਥਾ ਮਹੀਨੇ ਨੇ ਮਹੀਨੇ ਖਰਚਾ ਪੈਸਾਂ ਇਹ ਸਾਰਾ ਕੁਝ ਬੰਦ ਕਰੋ ਠੀਕ ਹੈ ਇੱਕ ਇੱਜ਼ਤਦਾਰ ਜ਼ਿੰਦਗੀ ਗੁਜ਼ਾਰੋ ਕਜਰੀ ਮਾਂ ਮਾੜੇ ਇਸ ਦਾ ਚੰਗਾ ਫੈਸਲਾ ਕਰੀ ਛੋੜੋ ਮਾਂ ਮਿਗੀ ਸ਼ਾਦੀ ਕਰਨ ਦਿਓ ਬਕਵਾਸ ਨਾ ਕਰ ਕੁੜੀਏ ਮੈਂ ਤੁਗੀ ਹਜ਼ਾਰ ਵਾਰੀ ਮਨਾ ਕਰੀ ਰਹੀ ਹਾਂ ਕਿ ਉਸ ਮੁੰਡੇ ਨਾਲ ਮੌਜੂ ਮਾੜਿਆ ਕਾ ਨਾ ਛੇੜਿਆ ਕਰ ਮਿਗੀ ਉਹ ਮੁੰਡੇ ਦੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਉਹ ਮੁੰਡਾ ਇਹ ਆਖਣਾ ਉਹ ਮੁੰਡਾ ਇਹ ਆਖਣਾ ਉਹ ਮੁੰਡਾ ਇਹ ਆਖਣਾ ਮੁੰਡਾ ਕੁਝ ਵੀ ਨਹੀਂ ਆਖਣਾ ਉਹ ਮੁੰਡਾ ਸਿਰਫ ਝੂਠ ਮਾਰਨਾ ਪਿਆ ਮੁੰਡਾ ਸਿਰਫ ਫਰਾਡ ਲਾਣਾ ਪਿਆ ਸਾਂ ਕੀ ਉਹ ਮੁੰਡਾ ਉਸਨੇ ਜੈਸੇ ਦਿਹਾੜੀ ਮੈਂ 20 ਚਾਰਨੀ ਹਾਂ ਹਾਂ ਸਾਰੀ ਦਿਹਾੜੀ ਇਹ ਜੇ ਲੋਕਾਂ ਨਾਲ ਮਾੜਾ ਵਾਪੇ ਨਾ
जेल्लै मैं जवान सी ना मिगी भी इन्हां ने पेवरे आखने होने से साढ़े घर की रौनक बन साढ़े घर की इज्जत बन ये सिर्फ लोग टाइम पास लोग इन लोगों गलों पर बिल्कुल ना जा कोई जरूरत नहीं तुगी इन्होंने लोगों गलों पर तू कह नहीं हो मुंडा तू इज्जत वाली जिंदगी गुजारन दे सी बिल्कुल नहीं उसनी माँ की कल पता लगा कि तू एक कोठे नी तवाइफ से तो तू की अपने घर बढ़न दे सी बिल्कुल नहीं ये सब झूठ है कुसानी गलों पर यकीन करी अपनी रोजी रोटी तू भी ना चाहिए ओ मिगी आखना पिया कि मैं तुगी इत्थे ना रखना मैं तुगी पाकिस्तान च ना रहन देना मैं तुगी थू कोटली विचू खड़ी ता मैं तुगी सीधा इंग्लैंड खड़सा मैं तुगी अपने नाल इंग्लैंड खड़सा उत्थे तुगी रखसा हां ता उत्थे जेई ता इंग्लैंड तू जॉब भी करियां मिगी आना कि बिल्कुल तुगी इज्जतदार जिंदगी लबसी मां ओ माड़े सा मरन जीन करना मां ओ ये जा मुंडा नी मां मां मिगी जड़ा है ना उस नाल शादी कर दियो मां मैं तुसा ने गया हाथ जोड़नी है मैं उस नाल शादी कर दियो ओ मिगी इंग्लैंड खड़सी मां ओ तुसा की भी इंग्लैंड की नहीं जासी अगर तुसा ने फैसला अगर करी छोड़िया अगर मंजूर करी किंदा ओ मिगी ता तुसा की दोवा की नहीं जासी बड़े बड़े तक्के इंग्लैंड आले में भी बहुत आए इंग्लैंड आले हां त जिसला अशने था ता दो त्रे हजार रुपया सटी ता ने का करो उठा नहीं को मत खर्चा ही नहीं थोड़ा देनी ਕੁੰਤਾਨੇ ਖਰਚੇ ਭਰਨੇ ਨਹੀਂ ਬਿਜਲੀਆਂ ਨੇ ਬਿਜਲੀ ਨਹੀਂ ਪੂਰੀ ਹੋਣੇ ਗੈਸਾਂ ਨੇ ਬਿਜਲੀ ਕਹਿ ਇੰਗਲੈਂਡ ਕਹਿ ਜਿਹਦਾ ਖਰਚੇ ਇੰਗਲੈਂਡਾਂ ਨੂੰ ਪੈਸੇ ਇੱਥੇ ਕਮਾ ਲਈਆਂ ਉਸ ਜ਼ਿਆਦਾ ਦਿਹਾੜੀ ਨਾ ਚਾਰ ਚਾਰ ਲੱਖ ਟੈ ਟੈ ਲੱਖ ਕਮਾ ਲਈਆਂ ਤਾਂ ਇੰਗਲੈਂਡ ਜੇ ਤੱਕ ਆ ਕਰਸੀ ਉਥਾ ਬਰਫ ਪੇ ਨਹੀਂ ਆ ਠੰਡੇ ਪੈਰ ਠੰਡੇ ਬੱਦਲ ਉਥਾ ਬਰੀ 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 ਫਿਰ ਬਰਨ ਅੰਦਰ ਬਾਹਰ ਨਹੀਂ ਲਿਕੜਨ ਉਹਨਾਂ ਉਥਾ ਜੇ ਤੱਕ ਆ ਕਰਸਾ ਮੈਂ ਤਾਂ ਅੰਦਰ ਭਰਾਈ ਭਰਾਈ ਦਾ ਮਰੀ ਜਾਸ ਮੈਂ ਨਾ ਉਥਾ ਜਾਣੀ ਤਾਂ ਨਾ ਮੈਂ ਉਥਾ ਜਾਣੇ ਦੀ ਜ਼ਰੂਰਤ ਕੀ ਹੈ ਅਲਾ ਤਾਂ ਤੂੰ ਮਰਦ ਜ਼ਾਤ ਨਾਲ ਕੋਈ ਭਰੋਸਾ ਨਹੀਂ क्या मर्द जात पर इतबार करनी पई है तू मर्द जात तू थोड़ा जा भी गया तो मैं उससे शादी कर कोई लोड नहीं शादीशुदी नहीं ठीक है कल एक बहुत बड़ी पार्टी आई गई तकरीबन 4-5 लाख रुपया सट्टी दा जासी हो बंदा तब रेडी हो जा पार्लर जा सोनी तैयार होई कल अशना तू आज जा जे ता फेशियल करवाई ता ता कोई शादीशुदी ना ख्याल अपने दिमाग च कड्डी छोड़ इंग्लैंड जासी बड़ी आई इंग्लैंड आई मां मैं तुसा की आनी पई हां मैं हूं तुसा की वार्निंग देनी पी अगर तुसा माड़ी उस शादी ना की थी तो मैं यकीन करो उसने ना जासा ठीक है भावे जो मर्जी हो गया तुस मिगी बेड़ियां बाई किनो तुस मिगी फा दे छोड़ो लेकिन मैं उसने ना जासा ठीक है अगर तुसा माड़ी उसने शादी ना की थी ओ इतना चंगा ते इतना एतबार वाला मुंडा है कि कोई हिसाब नहीं हर लिहाज नाल एतबार है मिगी उसने ऊपर एतबार नहीं गल करनी है मर्द जात पर एतबार नहीं गल करनी है ते फिर आज सुन मैं तुगी उसने शादी किया ना करन देनी और इस मारिया ना शादी करन देनी कि तुम्हारी अपनी औलाद कोई ना तुगी सुनने ना शौक है ना हूं तू आनी है मैं जासा ठीक तुम्हारी अपनी औलाद कोई ना तुगी तुम्हारी दादी था सट्टी तक गई सी मासैक सिया तुम्हारिया छे भेना और नहीं तुम्हारी दादी मिगी आनी था बचने था और भी देनी होनी सी लेकिन एक बारी आनी तो तुगी दिता हां तुम्हारी दादी तुम्हारी खुद नहीं दादी उस आखिया जी माड़ी नू कुड़ियां जमो जम करनी ते तुगी इत्थे देता गई सी ता तू मर्द जात नहीं गल करनी है मर्द जात ए दा फिर कोई कोई आई ता तू की इथा देने वाला इथा छोड़ने वाला मेरी घड़े को लो कीमत खड़ने वाला तुम्हारा खुद ना पियो ही समझ आई ना तुम्हारा खुद ना पियो जड़ा एक मर्द सा हां तू एक मर्द होई एक बाप होई ता तू की बेची सकना आता कोठे पर छोड़ी जाई सकना ता तू मर्दा पर क्या एतबार करनी पेंगे आज हकीकत मैं सारी जिंदगी तुम्हारे का ना खोलेंगे लेकिन आज मैं मजबूरी तू हकीकत खोली कि तू भी इथा छोड़ी ता जाने वाला भी एक मर्द ही और मर्द तुम्हारा प्योई।